ਸੋ ਸਸਰੀ ਗਾਲ ਬਾਈ ਸਾਰਿਆਂ ਨੂੰ ਹੂਪਸ ਸੋ ਸਾਰੇ ਆਨੇ ਬਿਲਕੁਲ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਆ ਬਹੁਤ ਹੀ ਜਿਆਦਾ ਖਾਸ ਟਾਪਿਕ ਤੇ ਬਾਈ ਜਿਵੇਂ ਕਿ ਮਤਲਬ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਵੀ ਸਿੱਧੂ ਮੂਸੇ ਵਾਲਾ ਬਾਈ ਜਦੋਂ ਸਟਾਰਟਿੰਗ ਦੇ ਵਿੱਚ ਹਨਾ ਪਹਿਲਾਂ ਮਤਲਬ ਲਿਖਦਾ ਤਾਂ ਹੁੰਦਾ ਨਹੀਂ ਸੀ ਗਾਣੇ ਹਨਾ ਬਾਈ ਮਤਲਬ ਇਕੱਲੇ ਗਾਉਂਦਾ ਹੁੰਦਾ ਸੀ ਗਾਣੇ ਤਾਂ ਉਦੋਂ ਉਹ ਕਿਸੇ ਗੀਤਕਾਰ ਕੋਲ ਹਨਾ ਕਿਸੇ ਲਿਰਿਸਟ ਕੋਲ ਗਿਆ ਸੀਗਾ ਗਾਣਾ ਲੈਣਾ ਠੀਕ ਆ ਤਾਂ ਜਰੂਰ ਗਾਣਾ ਲੈਣ ਗਿਆ ਤਾਂ ਮਤਲਬ ਸਾਰਾ ਦਿਨ ਉਹ ਬੰਦਾ ਉਹਨੂੰ ਲਾਰੇ ਲਾਈ ਗਿਆ ਸੀਗਾ ਗੀਤਕਾਰ ਹਨਾ ਤੇ ਸ਼ਾਮ ਨੂੰ ਉਹਨੂੰ ਮਤਲਬ ਕਹਿੰਦਾ ਵੀ ਅੱਜ ਨਹੀਂ ਮਿਲਿਆ ਜਾਣਾ ਯਾਰ ਤੂੰ ਫੇਰ ਆਈਂ ਕਿਤੇ ਹਨਾ ਸੋ ਇਦਾਂ ਦੀ ਗੱਲਬਾਤ ਜੀ ਹੋਈ ਸੀਗੀ ਤੇ ਉਹ ਮਤਲਬ ਸਿੱਧੂ ਬਾਈ ਉਹ ਗੱਲ ਤੋਂ ਮਤਲਬ ਇੰਨਾ ਕੁ ਜ਼ਿਆਦਾ ਮਤਲਬ ਟੁੱਟ ਗਿਆ ਸੀ ਹਨਾ ਕਹਿੰਦੇ ਵੀ ਬੰਦਾ ਰੋਇਆ ਵੀ ਉਹ ਤੇ ਇਹ ਵੀ ਸੌਣ ਚਾਇਆ ਹਨਾ ਕਿਦੋਂ ਵੀ ਮਤਲਬ ਉਹ ਚੀਜ਼ ਤੋਂ ਬੰਦਾ ਮਤਲਬ ਬਹੁਤ ਜ਼ਿਆਦਾ ਟੁੱਟ ਗਿਆ ਵੀ ਯਾਰ ਮੈਂ ਸਵੇਰਾ ਬੈਠਾ ਮਤਲਬ ਵੀ ਵੇਟ ਕਰੀ ਜਾਂਦਾ ਹਨਾ ਤੇ ਬੰਦੇ ਨੇ ਮੇਰੀ ਭੂਰਾ ਕਦਰ ਨਹੀਂ ਪਾਈ ਤੇ ਇਹ ਕਹਿੰਦੇ ਨਾਲੇ ਮੀਮੂ ਵੀ ਪੈ ਗਿਆ ਸੀ ਆਉਂਦੇ ਆਦੇ ਮੋਟਰਸਾਈਕਲ ਤੇ ਗਿਆ ਸੀਗਾ ਬਾਈ ਤੇ ਮੀਮੂ ਵੀ ਪੈ ਗਿਆ ਸੀ ਉੱਤੇ ਕਾਫੀ ਬੁਰਾ ਹਾਲ ਸੀਗਾ ਤੇ ਉਹਦੇ ਫਿਰ ਬੰਦੇ ਨੇ ਸੌਂ ਖਾਲੀ ਸਿੱਧੂ ਮੂਸੇ ਵਾਲੇ ਨੇ ਕਹਿੰਦਾ ਵੀ ਜੇ ਗਾਉਣਾ ਤਾਂ ਬਸ ਆਪ ਦਾ ਲਿਖ ਕੇ ਗਾਉਣਾ ਆਪਾਂ ਕਿਸੇ ਤੋਂ ਗੀਤ ਮੰਗਣ ਨਹੀਂ ਜਾਣਾ ਇਸ ਤੋਂ ਬਾਅਦ ਚੋਂ ਤੇ ਉਹ ਜਿਹੜਾ ਬਈ ਗੀਤਕਾਰ ਸੀਗਾ ਹਨਾ ਉਹ ਗੀਤਕਾਰ ਦਾ ਕਦੇ ਨਾਂ ਨਹੀਂ ਸੀ ਦੱਸਿਆ ਸਿੱਧੂ ਬਾਈ ਨੇ ਅੱਜ ਤੱਕ ਕਿਸੇ ਨੂੰ ਨਹੀਂ ਸੀ ਪਤਾ ਠੀਕ ਆ ਕੋਈ ਬੰਦਾ ਕਹੀ ਜਾਂਦਾ ਸੀਗਾ ਵੀ ਹੈਪੀ ਰਾਏ ਕੋਟੀ ਆ ਕੋਈ ਕਹਿੰਦਾ ਸੀ ਕਾਵਲ ਸਰੂਪ ਵਾਲੀਆ ਸੀਗਾ ਹਨਾ ਮਤਲਬ ਸਾਰੇ ਆਪ ਦਾ ਅੰਦਾਜ਼ਾ ਹੀ ਲਾ ਰਹੇ ਸੀ ਆਈਡੀਆ ਲਾ ਰਹੇ ਸੀਗੇ ਪਰ ਪੱਕਾ ਕਿਸੇ ਨੂੰ ਕੁਝ ਨਹੀਂ ਸੀ ਪਤਾ ਪਰ ਕੱਲ ਮਤਲਬ ਜਿਹੜਾ ਦਪਿੰਦਰ ਬਾਈ ਆ ਤੇ ਅਵਰੀਤ ਬਾਈ ਆ ਹਨਾ ਜਿਹੜੇ ਸਿੱਧੂ ਮੂਸੇ ਵਾਲੇ ਬਾਈ ਦੇ ਮਤਲਬ ਬਹੁਤ ਜ਼ਿਆਦਾ ਨੇੜੇ ਰਹੇ ਆ ਹਨਾ ਬਹੁਤ ਵਧੀਆ ਵਰਤ ਤੇ ਆਗੇ ਬਾਈ ਨਾਲ ਤੇ ਉਹ ਬੰਦਿਆ ਨੇ ਕੱਲ ਮਤਲਬ ਲਾਈਵ ਉਹ ਕੀ ਚੀਜ਼ ਦੱਸੀ ਆ ਵੀ ਆਖਰ ਉਹ ਬੰਦੇ ਦਾ ਨਾਮ ਕੀ ਸੀਗਾ ਹਨਾ ਵੀ ਜਿਹਨੇ ਮਤਲਬ ਸਿੱਧੂ ਬਾਈ ਨਾ ਇਹ ਸਭ ਕੁਝ ਕੀਤਾ ਸੀਗਾ ਹਨਾ ਮਤਲਬ ਵੀ ਉਹਨੂੰ ਗਾਣਾ ਨਹੀਂ ਸੀ ਦਿੱਤਾ ਹਨਾ ਤਾਂ ਉਹ ਸਾਰਾ ਕੁਝ ਬਾਈ ਮਤਲਬ ਮੈਂ ਨਹੀਂ ਦੱਸਦਾ ਤੁਹਾਨੂੰ ਤੁਸੀਂ ਆ ਵੀਡੀਓ ਦੇਖੋ ਤੁਹਾਨੂੰ ਆਪੇ ਪਤਾ ਲੱਗ ਜੂਗਾ ਬਾਈ ਆਪ ਦੱਸਣਗੇ ਤੁਹਾਨੂੰ ਵੀ ਕਿਹੜਾ ਗੀਤਕਾਰ ਸੀਗਾ ਜਿਹਨੇ ਮਤਲਬ ਇਹ ਕੰਮ ਕੀਤਾ ਸੀ ਹਾਂ ਇੱਕ ਬਾਈ ਸੱਚ ਇੱਕ ਮਿੰਟ ਮੈਂ ਮੇਰੀ ਗੱਲ ਖੜ ਜਾ ਇੱਕ ਆ ਬਹੁਤ ਬੰਦਿਆਂ ਨੂੰ ਇਹ ਸਭ ਤੋਂ ਵੱਡਾ ਸਵਾਲ ਹੁੰਦਾ ਹਰ ਇੱਕ ਬੰਦੇ ਦਾ ਬੀ ਬਾਈ ਸਿੱਧੂ ਬਾਈ ਨੇ ਕਿਹੜੇ ਲੀਰਿਸਿਸਟ ਨੇ ਮੋੜਿਆ ਸੀ ਇਹ ਬਹੁਤ ਬੰਦੇ ਪੁੱਛਦੇ ਨੇ ਮੈਨੂੰ ਵੀ ਬਾਈ ਫੋਨ ਕਰਕੇ ਬਾਈ ਦੱਸ ਦੇ ਇਹ ਮੈਂ ਅੱਜ ਬਾਈ ਤੁਹਾਨੂੰ ਦੱਸ ਦਣਾ ਮੈਂ ਮੈਨੂੰ ਵੀ ਨਹੀਂ ਪਤਾ ਸੀ ਬਾਈ ਸੀਰੀਅਸਲੀ ਉਹਨੇ ਨਾ ਬਾਈ 5 ਸਾਸੀ ਮਤਲਬ 2016 17 18 19 ਉਹਨੇ ਆ ਕੇ ਮੈਨੂੰ ਦੱਸਿਆ 2021 ਚ ਉਹਨੇ ਮੈਨੂੰ ਵੀ ਨਸੇ ਮਿਲ ਗਿਆ ਛੱਡ ਬਰਾ ਤੂੰ ਕੀ ਲੈਣਾ ਛੱਡ ਬਰਾ ਉਹ ਹੈਗਾ ਸੀ ਬਾਈ ਸਲੱਖਣ ਚੀਮਾ ਠੀਕ ਹੈ ਇਹ ਮੈਨੂੰ ਸਿੱਧੂ ਬਾਈ ਨੇ ਆਪ ਦੱਸੀ ਉਹ ਸਲੱਖਣ ਜੀਮਾ ਉਹ ਤਾਂ ਚੱਲ ਬਈ ਪਹਿਲੀ ਵਿਚਾਰਾ ਆਉਣ ਵੀ ਨਾਮੋ ਨਿਸ਼ਾਨ ਨਹੀਂ ਨੇ ਉਹਦਾ ਫਲਾਪ ਹੀ ਆ ਉਹ ਨਾ ਪਤ ਉਹ ਸੀ ਬਾਈ ਉਹਦਾ ਕਰੀਅਰ ਹੈਪੀ ਰਾਏ ਕੋਟੀ ਨੂੰ ਪੂਰੀ ਕਾਬਲ ਸਰੂਪ ਵਾਲੀਏ ਨੂੰ ਕਹੀ ਜਾਂਦਾ ਹੁੰਦਾ ਬਾਈ ਉਹ ਨਹੀਂ ਸੀ ਉਹ ਸੀ ਸਲੱਖਣ ਜੀਮਾ ਜਿਹੜਾ ਸਿੱਪੀ ਗਿਲ ਦੇ ਗਾਣੇ ਲਿਖਦਾ ਹੁੰਦਾ ਸੀ ਸੋ ਬਾਈ ਸਲੱਖਣ ਜੀਮਾ ਸੀਗਾ ਉਹ ਲਿਰਿਸਿਸਟ ਜਿਹਨੇ ਮਤਲਬ ਸਿੱਧੂ ਮੂਸੇ ਵਾਲੇ ਬਾਈ ਨੂੰ ਗਾਣਾ ਦੇਣ ਤੋਂ ਮਨਾ ਕਰਤਾ ਸੀਗਾ ਜਾਂ ਲਾਰਾ ਲਾਤਾ ਸੀ ਠੀਕ ਆ ਤੇ ਮਤਲਬ ਮੈਂ ਤਾਂ ਕਹਿੰਦਾ ਯਾਰ ਵਧੀਆ ਕੀਤਾ ਸਿੱਧੀ ਗੱਲ ਇਹ ਆ ਵੀ ਬਹੁਤ ਵਧੀਆ ਕੀਤਾ ਉਹਨੇ ਜਿਹੜਾ ਗਾਣਾ ਦਿੱਤਾ ਨਹੀਂ ਸਿੱਧੂ ਨੂੰ ਕਿਉਂਕਿ ਯਾਰ ਜੇ ਸਿੱਧੂ ਅੱਜ ਜਿੱਥੇ ਵੀ ਹੈਗਾ ਜਿਹੜੇ ਮੁਕਾਮ ਤੇ ਠੀਕ ਆ ਤੇ ਹੋ ਸਕਦਾ ਉਹ ਇੱਥੇ ਨਾ ਹੁੰਦਾ ਠੀਕ ਆ ਜੇ ਉਹਦੇ ਸਲੱਖਣ ਮਤਲਬ ਸਿੱਧੂ ਬਾਈ ਨੂੰ ਗਾਣਾ ਦੇ ਦਿੰਦਾ ਠੀਕ ਆ ਕਿਉਂਕਿ ਰੱਬ ਜੋ ਕਰਦਾ ਉਹ ਕਹਿੰਦਾ ਚੰਗਾ ਹੀ ਕਰਦਾ ਹੁੰਦਾ ਐਵੇਂ ਨਹੀਂ ਸਿਆਣੇ ਕਹਿ ਗਏ ਹੈਣਾ ਵੀ ਉਹਦੇ ਜੇ ਬੰਦ ਕੇ ਚਲੋ ਸਲੱਖਣ ਮਿਲ ਜਾਂਦਾ ਹੈਣਾ ਸਿੱਧੂ ਬਾਈ ਨੂੰ ਤਾਂ ਉਹਨੇ ਗਾਣਾ ਦੇ ਦੇਣਾ ਸੀ ਸਿੱਧੂ ਨੂੰ ਤੇ ਸਿੱਧੂ ਨੇ ਗਾਣਾ ਗਾ ਦੇਣਾ ਸੀ ਠੀਕ ਆ ਤੇ ਹੋ ਸਕਦਾਗਾ ਵੀ ਸਿੱਧੂ ਮਤਲਬ ਫਿਰ ਲਿਖਣ ਵੱਲ ਜਾਂਦਾ ਹੀ ਨਾ ਹਨਾ ਤੇ ਕਿਉਂਕਿ ਬਈ ਸਲੱਖਣ ਨੇ ਜਦੋਂ ਮੰਨ ਕੇ ਚਲੋ ਵੀ ਸਾਰਾ ਦਿਨ ਲਾਰੇ ਲਾਉਣ ਤੋਂ ਬਾਅਦ ਸ਼ਾਮ ਨੂੰ ਜਵਾਬ ਦੇਤਾ ਹਨਾ ਤਾਂ ਸਿੱਧੂ ਬਾਈ ਬਹੁਤ ਟੁੱਟ ਗਿਆ ਹਨਾ ਬਹੁਤ ਮਤਲਬ ਉਹ ਉਦਾਸ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਉਹ ਕਹਿੰਦਾ ਵੀ ਬਸ ਜੇ ਅੱਜ ਤੋਂ ਬਾਅਦ ਮਤਲਬ ਗਾਉਣਾ ਤਾਂ ਆਪ ਦਾ ਲਿਖ ਕੇ ਗਾਉਣਾ ਨਹੀਂ ਗਾਉਣਾ ਹੀ ਨਹੀਂ ਠੀਕ ਆ ਸੋ ਉਦੋਂ ਬਾਅਦ ਚੋਂ ਮਤਲਬ ਉਹਨੇ ਆਪ ਲਿਖਣਾ ਸਟਾਰਟ ਕੀਤਾ ਸਿੱਧੂ ਬਾਈ ਨੇ ਤੇ ਫਿਰ ਆ ਕੰਮ ਹੋ ਗਿਆ ਓ ਕੇੰਗੂ ਸਰ ਜੱਟ ਨੂੰ ਕਲਮ ਲੱਭ ਗਈ ਲੇਖ ਲੇਖ ਕ ਉਹ ਬਾਕੀ ਬਈ ਇਹ ਜਿਹੜਾ ਲਾਈਵ ਸੀਗਾ ਲਾਈਵ ਦੇ ਵਿੱਚ ਬਈ ਹੋਰ ਵੀ ਮਤਲਬ ਸਾਰੇ ਸਿੰਗਰਾਂ ਬਾਰੇ ਗੱਲ ਕੀਤੀ ਗਈ ਆ ਹਨਾ ਜਿਹੜੇ ਜਿਹੜੇ ਮਤਲਬ ਸਿੱਧੂ ਦਾ ਨਾਂ ਵਰਤ ਰਹੇ ਆ ਠੀਕ ਆ ਇੰਟਰਵਿਊ ਤੇ ਇੰਟਰਵਿਊ ਦੇ ਰਹੇ ਆ ਹਨਾ ਤੇ ਉਹਨਾਂ ਸਾਰਿਆਂ ਨੂੰ ਇਹ ਮਤਲਬ ਲਾਈਵ ਦੇ ਵਿੱਚ ਜਵਾਬ ਦਿੱਤਾ ਗਿਆ ਠੀਕ ਆ ਜਿਵੇਂ ਬਣ ਗਏ ਨਸੀਬ ਹੋ ਗਿਆ ਪ੍ਰੇਮ ਢੱਲੋ ਹੋ ਗਿਆ ਰਣਜੀਤ ਬਾਵਾ ਵੀ ਹੋ ਗਿਆ ਠੀਕ ਆ ਰਣਜੀਤ ਬਾਵੇ ਬਾਰੇ ਬਾਈ ਨੇ ਇੱਕ ਗੱਲ ਕਹੀ ਸੀ ਕਹਿੰਦਾ ਵੀ ਉਹਨੇ ਮਤਲਬ ਪਹਿਲਾਂ ਆ ਦੇ ਇੱਕ ਗਾਣੇ ਦੇ ਵਿੱਚ ਕਿਹਾ ਸੀਗਾ ਇਹ ਤੇ ਵੀ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ੀਸ਼ੇ 'ਚ ਡੜਾਲੀਆਂ ਤੋਂ ਫੈਨ ਪੁਣੇ ਨੂੰ ਹਨਾ ਤੇ ਉਹ ਗੱਲ ਬਾਰੇ ਬਈ ਮੈਂ ਵੀ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀਗਾ ਜੇ ਮੈਨੂੰ ਲੱਭ ਗਈ ਉਹ ਵੀਡੀਓ ਤਾਂ ਮੈਂ ਕਲਿੱਪ ਪਾਉਂਗਾ ਕੱਟ ਕੇ ਠੀਕ ਆ ਉਹ ਗੱਲ ਲਈ ਬਹੁਤ ਘੱਟ ਲੋਕਾਂ ਨੇ ਧਿਆਨ ਦਿੱਤਾ ਹਨਾ ਤੇ ਉਹ ਪਰ ਉਹਦੇ ਲਈ ਆਪਾਂ ਧਿਆਨ ਦਿੱਤਾ ਸੀਗਾ ਤੇ ਮੈਂ ਬੋਲੀ ਵੀ ਸੀ ਕਿਸੇ ਗਾਣੇ ਦੇ ਵਿੱਚ ਉਹ ਗੱਲ ਠੀਕ ਆ ਬਾਕੀ ਵੀ ਯਾਰ ਇੱਕ ਗੱਲ ਹੋਰ ਹੈਗੀ ਇੱਕ ਗਾਣਾ ਆਇਆ ਸੀਗਾ लवली ਨੂਰ ਦਾ ਤੇ ਇਹਨਾਂ ਦਾ ਰਣਜੀਤ ਬਾਵੇ ਬਾਈ ਦਾ ਉਹਦੇ ਚ ਇੱਕ ਲਾਈਨ ਸੀਗੀ ਵੀ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਛੀਸ਼ੇ ਚ ਡਲਾਲੀਆਂ ਤੋਂ ਫੈਨ ਬੁਣੇ ਨੂੰ ਹਨਾ ਸੋ ਮੈਨੂੰ ਉਦੋਂ ਐ ਲੱਗ ਰਿਹਾ ਸੀ ਉਹ ਗਾਣਾ ਸੁਣ ਕੇ ਵੀ ਯਾਰ ਕਿਤੇ ਨਾ ਕਿਤੇ ਇਹ ਲਾਈਨ ਸਿੱਧੂ ਨੂੰ ਕਹੀ ਗਈ ਆ ਹਨਾ ਸਿੱਧੂ ਨੂੰ ਟਾਰਗੇਟ ਕਰਕੇ ਕਹੀ ਗਈ ਆ ਪਰ ਆ ਗਾਣੇ ਦੇ ਵਿੱਚ ਜਿਵੇਂ ਸਿੱਧੂ ਲਈ ਗੱਲਾਂ ਕਨੇਗਨਾ ਉਹ ਰੋ ਮੈਨੂੰ ਲੱਗਦਾ ਨਹੀਂਗਾ ਵੀ ਉਹਦੇ ਲਈ ਕਹੀ ਗਈ ਹੋ ਤੇ ਬਾਕੀ ਬਈ ਕੁਝ ਕਹਿ ਨਹੀਂ ਸਕਦੇ ਯਾਰ ਇਹ ਤਾਂ ਆਪਸ ਹੁਣ ਜਾਂ ਤਾਂ ਰਾਈਟਰ ਜਾਣਦਾ ਜਾਂ ਰੱਬ ਜਾਣਦਾ ਤੇ ਬਾਕੀ ਬਈ ਆ ਜਿਹੜੇ ਅਵਰੀਤ ਬਾਈ ਹਰੇ ਇਹਨਾਂ ਦੀ ਆਪਾਂ ਗੱਲ ਤੇ ਪੂਰੀ ਚੰਗੀ ਤਰ੍ਹਾਂ ਵਿਸ਼ਵਾਸ ਕਰ ਸਕਦੇ ਆ ਹਨ ਕਿਉਂਕਿ ਇਹ ਬੰਦੇ ਬਹੁਤ ਜ਼ਿਆਦਾ ਨੇੜੇ ਰਹੇ ਆ ਬਾਕੀ ਇਹੀ ਨਹੀਂ ਗੱਲਾ ਠੀਕ ਆ ਸਲੱਖਣ ਜੀ ਮਹੀਣੀ ਉਹਨਾਂ ਨੇ ਘੰਟੇ ਦਾ ਲਾਈਵ ਕੀਤਾ ਸੀ ਤੇ ਬਈ ਨਸੀਬ ਹੋ ਗਿਆ ਆਹ ਦੂਜਾ ਅ ਪ੍ਰੇਮਟਲ ਲੋ ਹੋ ਗਿਆ ਦੂਜੇ ਰੰਜੀਤ ਬਾਵਾ ਹੋ ਗਿਆ ਮਤਲਬ ਜਿੰਨੇ ਵੀ ਸਿੱਪੀ ਸੁਪੀ ਗੱਲਾਂ ਲੜ ਗਿਆ ਸਾਰੇ ਆ ਹਨ ਤੇ ਜਿੰਨਾਂ ਦਾ ਜੋ ਕੁਝ ਵੀ ਚੱਲਿਆ ਇਹਨਾਂ ਦਾ ਹਨ ਉਹਨਾਂ ਨੇ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਆ ਤੁਹਾਨੂੰ ਲਿੰਕ ਜਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੂੰਗਾ ਤੇ ਉੱਥੇ ਜਾ ਕੇ ਤੁਸੀਂ ਪੂਰਾ ਲਾਈਵ ਵੀ ਸੁਣ ਸਕਦੇ ਹੋ ਹਨ ਤੇ ਉੱਥੋਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਘੰਟੇ ਦਾ ਲਾਈਵ ਆ ਤੇ ਬੰਦਿਆਂ ਨੇ ਬਾਈ ਸਾਰਿਆਂ ਦੇ ਲੀੜੇ ਪਾੜ ਕੇ ਰੱਖਦੇ ਯਾਰ ਤੇ ਬਾਕੀ ਬਾਈ ਸਭ ਤੋਂ ਵੱਧ ਕੁੱਤੇ ਖਾਣੀ ਇਹ ਵਿੱਚ ਮਤਲਬ ਲਾਈਵ ਦੇ ਵਿੱਚ ਹੋਈ ਆ ਨਸੀਬ ਦੀ ਠੀਕ ਆ ਉਹ ਬੰਦਾ ਮਤਲਬ ਯਾਰ ਆ ਆਪਦੇ ਆਪ ਨੂੰ ਸਮਝਦੇ ਨਹੀਂ ਪਤਾ ਨਹੀਂ ਕੀ ਆ ਵੀ ਹਾਂ ਮੈਂ ਆ ਆ ਜੀ ਮਾਂ ਜਿਉਂ ਆ ਫਲਾਣਾ ਢਿੰਗਾ ਮੈਨੂੰ ਸਿੱਧੂ ਬਾਈ ਨੇ ਗਾਣਾ ਦਿੱਤਾ ਮੈਂ ਮਤਲਬ ਮੇਰੇ ਮੈਨੂੰ ਪੰਜ ਸੱਤ ਤਰੀ ਸਿੱਧੂ ਬਾਈ ਨੇ ਫੋਨ ਕੀਤੇ ਹਨ ਤੇ ਮੈਨੂੰ ਇਹ ਬੋ ਫਲਾਣਾ ਢਿੰਗਾ ਮੈਂ ਤਾਂ 올ਡ ਸਕੂਲ ਸੁਣਿਆ ਹੀ ਨਹੀਂ 올ਡ ਸਕੂਲ ਸੁਣਿਆ ਹੀ ਮੈਂ ਦੋ ਵਾਰੀ ਆ ਤੇ ਮਤਲਬ ਉਹਦੀਆਂ ਵੀਡੀਓ ਲੀਕ ਹੋ ਰਹੀਆਂ ਜਿਹਦੇ ਵਿੱਚ ਮਤਲਬ ਉਹ 올ਡ ਸਕੂਲ ਤੇ ਨੱਚੀ ਜਾਂਦਾ ਹਨਾ ਮਤਲਬ ਯਾਰ ਇੰਨੇ ਡਬਲ ਫੇਸ ਲੋਕ ਹਨਾ ਯਾਰ ਮਤਲਬ ਕੀ ਬੰਦਾ ਕਵੇ ਇਹਨਾਂ ਨੂੰ ਹਨਾ ਬੁਰੇ ਹਾਲ ਆ ਬਈ ਲੋਕਾਂ ਦੇ ਜਿੰਨੇ ਵੀ ਰਾਸ ਸੀਗੇ ਬਈ ਸਾਰੇ ਖੋਲ ਕੇ ਰੱਖਦੇ ਠੀਕ ਹਨਾ ਤੇ ਮਤਲਬ ਸਿੱਧੂ ਬਾਈ ਦਾ ਕੀ ਦੇਣਾ ਕੀ ਸੰਬੰਧ ਸੀ ਸੋਖ ਸੰਘੇੜ ਯਾਰ ਗਏ ਹੋਗੇ ਹਨਾ ਮਤਲਬ ਆਪਾਂ ਯਾਰ ਇਹਨਾਂ ਨੂੰ ਇੱਕ ਤਰ੍ਹਾਂ ਨਾ ਆਪਾਂ ਥੋੜੇ ਪਿੱਛੇ ਲੱਗ ਜਾਨੇ ਆ ਬੰਦੇ ਦੇ ਹਨਾ ਜਦੋਂ ਕੋਈ ਵੀ ਈਮੋਸ਼ਨਲ ਜੀਆਂ ਗੱਲਾਂ ਕਰਦਾ ਆ ਕੇ ਵੀਡੀਓ ਪਾ ਕੇ ਹਨਾ ਤਾਂ ਆਪਾਂ ਨੂੰ ਇਹ ਲੱਗਦਾ ਯਾਰ ਵੀ ਹਾਂ ਯਾਰ ਵੀ ਇਹ ਬੰਦਾ ਵੀ ਮਤਲਬ ਦੁੱਖ ਸਮਝਦਾ ਹਨਾ ਸਿੱਧੂ ਦਾ ਪਰ ਯਾਰ ਜਿੱਥੋਂ ਤੱਕ ਮੈਨੂੰ ਲੱਗਦਾ ਤਾਂ ਕੱਲਾ ਮੈਨੂੰ ਸਣੀ ਵਾਲਟ ਨਹੀਂ ਲੱਗਿਆ ਹਨਾ ਵੀ ਜਿਹੜਾ ਹਾਂ ਵੀ ਯਾਰ ਜਿਹੜਾ ਬੰਦਾ ਸੱਚੀ ਮੁੱਚੀ ਅ ਅੰਦਰੋਂ ਫੀਲ ਕਰ ਰਿਹਾ ਏ ਹਨਾ ਜੇ ਆਪਾਂ ਸਿੰਗਰਾਂ ਦੇ ਵਿੱਚ ਗੱਲ ਕਰੀਏ ਤਾਂ ਤੇ ਜਿਹੜਾ ਸੱਚੀ ਦਿਲੋਂ ਫੀਲ ਕਰ ਰਿਹਾ ਏ ਚੀਜ਼ ਨੂੰ ਤੇ ਉਹਨਾਂ ਨੇ ਵੀ ਬਾਈਆਂ ਨੇ ਇਹੀ ਗੱਲ ਕਹੀ ਹੈਗੀ ਵੀਡੀਓ ਦੇ ਵਿੱਚ ਤੇ ਤੁਸੀਂ ਜਾ ਕੇ ਯਾਰ ਲਿੰਕ ਦਿੱਤਾ ਵਾ ਜਾ ਕੇ ਇੱਕ ਵਾਰੀ ਪੂਰਾ ਚੈੱਕ ਜ਼ਰੂਰ ਕਰਿਓ ਲਾਈਵ ਚਾਚੇ ਸਨਰੀ ਬਾਈ ਨੇ ਸਾਰੀ ਮਤਲਬ ਵੀਡੀਓ ਰਿਕਾਰਡ ਕਰਕੇ ਆਪਦੇ ਚੈਨਲ ਤੇ ਪਾਈ ਹੋਈ ਆ ਤੇ ਜਾ ਕੇ ਜ਼ਰੂਰ ਚੈੱਕ ਕਰਿਓ